ਸਾਨੂੰ ਅਸੀਂ ਸੁੱਤੇ ਪਏ ਸੀ ਉਸ ਵੇਲੇ ਸਵੇਰ ਦੇ 2:40 ਮਿੰਟ ਤੇ ਸਾਨੂੰ ਆਵਾਜ਼ ਸੁਣਾਈ ਦਿੱਤੀ ਆ ਬੱਚੇ ਬਹੁਤ ਜ਼ਿਆਦਾ ਸ਼ੌਕਟ ਹੋ ਗਏ ਸੀ ਜਦੋਂ ਉਹਨਾਂ ਨੇ ਮੈਨੂੰ ਸੁੱਤੇ ਪੈਰ ਉਠਾਲਿਆ ਕਿ ਉੱਠੋ ਕਿ ਬੂੜੀਆਂ ਚੱਲੀਆਂ ਨੇ ਉਹ ਬੱਚੇ ਨੇ ਪੁੱਛਿਆ ਜੜੀ ਕਿੱਥੇ ਮੈਂ ਕਿਹਾ ਆਪਣੇ ਘਰ ਤੇ ਗੋਲੀ ਤਾਂ ਜਿਹੜੀ ਲੱਗੀ ਤੇ ਲੱਗੀ ਬਸ ਉਹ ਤਾਂ ਜਿਹੜੀ ਕੀ ਕੀ ਕਰ ਸਕਦੇ ਆ ਬੰਦਾ ਗੋਲੀ ਸਾਹਮਣੇ ਕੁਝ ਨਹੀਂ ਕਰ ਸਕਦਾ ਅਸੀਂ ਇੰਡੀਆ 'ਚ ਕਹਿੰਦੇ ਸੀ ਜੇ ਕੋਈ ਖੜਕਾ ਹੋਣਾ ਕਹਿੰਦੇ ਜੋਰ ਆ ਗਿਆ ਆ ਗਿਆ ਇਹ ਤੇ ਕੋ ਲੋੜੇ ਨਹੀਂ ਇਦਾਂ ਦੀ ਸਾਡੇ ਨੇ 24 ਸਾਲ ਚ ਪਹਿਲੀ ਵਾਰ ਚਾਂਸ ਹੋਇਆ ਥੋੜੀਆਂ ਜਿਹੀ ਖੜੇ ਨੂੰ ਕਿਤੇ ਨਹੀਂ ਉਹ ਦਿਸ ਪੇ ਧਾਗੇ ਜਾਂ ਲੰਕਦੇ ਕਹਿੰਦੇ ਇਹ ਤਾਂ ਕੋ ਕਾਰਾ ਕਰ ਗਿਆ ਗੋਲੀਆਂ ਚੱਲ ਗਈਆਂ ਤੁਸੀਂ ਦੇਖ ਰਹੇ ਹੋ ਸੰਜੇ ਟੀਵੀ ਮੈਂ ਹਾਤੋਂ ਦੇ ਨਾਲ ਅਰਸ਼ਦੀਪ ਸਰੀ ਦੇ ਵਿੱਚ ਦਿਨੋਂ ਦਿਨ ਵਾਰਦਾਤਾਂ ਹੁੰਦੀਆਂ ਨੇ ਕਟਨਾਵਾ ਹੁੰਦੀਆਂ ਨੇ ਤੇ ਗੋਲੀ ਚੱਲਣ ਦੀਆਂ ਕਟਨਾਵਾ ਅਸੀਂ ਹਰ ਮਹੀਨੇ ਹਰ ਦਿਨ ਕਬਰਾਂ ਦੇ ਵਿੱਚ ਦੇਖਦੇ ਹਾਂ ਹੁਣ ਇੱਕ ਅਜੀਹੀ ਘਟਨਾ ਵਾਪਰੀ ਹੈ ਸਰੀ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਖੜੀ ਹਾਂ ਕਾਇਕ ਕਰਨ ਔਜਲਾ ਦਾ ਦੋਸਤ ਸਮਝ ਕੇ ਗੋਲੀਆਂ ਚਲਾਈਆਂ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਕੋਈ ਆਮ ਇਨਸਾਨ ਦਾ ਘਰ ਸੀ ਇਹ ਘਰ ਸੀ ਸੁਖੀ ਘਰਚਾ ਦਾ ਸੁਖੀ ਘਰਚਾ ਦੇ ਘਰ ਤੇ ਗੋਲੀਆਂ ਚੱਲੀਆਂ ਸਵੇਰੇ ਤੜਕੇ ਦੇ ਟਾਈਮ ਤੇ ਉਸ ਟਾਈਮ ਦੇ ਉੱਤੇ ਦਾਦੀ ਜੀ ਇੱਥੇ ਨੇੜੇ ਸੁੱਤੇ ਹੋਏ ਸੀ ਦੂਜੇ ਪਾਸੇ ਕਮਰੇ ਦੇ ਵਿੱਚ ਫਾਦਰ ਸਾਹਿਬ ਸੁੱਤੇ ਹੋਏ ਸੀ ਹੋ ਸਕਦਾ ਸੀ ਕਿ ਗੋਲੀਆਂ ਉਹਨਾਂ ਦੇ ਲੱਗ ਜਾਂਦੀਆਂ ਪਰ ਪ੍ਰਮਾਤਮਾ ਦੀ ਕਿਰਪਾ ਰਹੀ ਬਚਾ ਰਿਹਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਗੱਡੀਆਂ ਆਰ ਸੀ ਐਮ ਪੀ ਲੈ ਕੇ ਗਈ ਹੈ ਪਰ ਤੁਸੀਂ ਦੇਖ ਸਕਦੇ ਆ ਗਰਾਜ ਦੇ ਡੋਰ ਦੇ ਉੱਤੇ ਗੋਲੀ ਲੱਗੀ ਐ ਸ਼ੀਸ਼ੇ ਦੇ ਵਿੱਚ ਗੋਲੀਆਂ ਲੱਗੀਆਂ ਹੋਈਆਂ ਨੇ ਤੇ ਆਓ ਅੰਦਰ ਚੱਲਦੇ ਆ ਪੁੱਛਦੇ ਆ ਇਹਨਾਂ ਤੋਂ ਕਿ ਇਸ ਘਟਨਾ ਦਾ ਉਹਨਾਂ ਦੇ ਉੱਤੇ ਕੀ ਪ੍ਰਭਾਵ ਪਿਆ ਅਸੀਂ ਕੈਨੇਡਾ ਵਰਗੇ ਦੇਸ਼ਾਂ ਨੂੰ ਮੁਲਕਾਂ ਨੂੰ ਸੁਰੱਖਿਅਤ ਮੁਲਕ ਮੰਨਦੇ ਆਂ ਪਰ ਜਦੋਂ ਜਿਵੇਂ ਜਿਵੇਂ ਇਹ ਗੈਂਗਸ ਦੀਆਂ ਕਟਨਾਵਾਂ ਆਉਂਦੀਆਂ ਰਹਿੰਦੀਆਂ ਨੇ ਸ਼ੂਟਿੰਗ ਫਾਇਰਿੰਗ ਦੀਆਂ ਕਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਲੱਗਦਾ ਕਿ ਗੈਂਗ ਬਣੇ ਹੋਏ ਨੇ ਪਰ ਗੈਂਗਸ ਤੋਂ ਉੱਤੇ ਉੱਠ ਕੇ ਜਦੋਂ ਆਮ ਇਨਸਾਨਾਂ ਦੇ ਘਰਾਂ ਦੇ ਉੱਤੇ ਫਾਇਰਿੰਗ ਹੁੰਦੀ ਹੈ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਮਾਨਸਿਕ ਤੌਰ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੁਣ ਤੁਸੀਂ ਇਹ ਖਬਰ ਤਾਂ ਸੁਣੀ ਹੈ ਕਿ ਘਰ ਦੇ ਉੱਤੇ ਸਰੀ ਦੇ ਵਿੱਚ ਇੱਕ ਘਰ ਦੇ ਉੱਤੇ ਗੋਲੀਆਂ ਚੱਲੀਆਂ ਨੇ ਸੁਖੀ ਘਰਚਾ ਜੀ ਮੇਰੇ ਨਾਲ ਨੇ ਆਓ ਸਾਰੀ ਸਿਚੁਏਸ਼ਨ ਇਹਨਾਂ ਤੋਂ ਤੇ ਕਿ ਕੀ ਹੋਇਆ ਕੀ ਕਾਰਨ ਰਹਿ ਹੁਣ ਇਹਨਾਂ ਦਾ ਕੀ ਵਿਊ ਹੈ ਸੋ ਸੁਖੀ ਘਰਚਾ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਘਰਚਾ ਸਾਹਿਬ ਜਿਵੇਂ ਸਾਨੂੰ ਪਤਾ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਕੋਈ ਤੁਹਾਡੀ ਗਲਤੀ ਵੀ ਨਹੀਂ ਸੀਗੀ ਕੋਈ ਤੁਹਾਡਾ ਫਰੈਂਡ ਵੀ ਨਹੀਂ ਸੀ ਪਰ ਇੱਕ ਸਰਕੂਲੇਟ ਗੱਲ ਹੋ ਰਹੀ ਹੈ ਕਿ ਫਰੈਂਡ ਸੀ ਤਾਂ ਕਰਕੇ ਗੋਲੀਆਂ ਚਲਾਈਆਂ ਗਈਆਂ ਪਰ ਕੀ ਤੁਸੀਂ ਕਹਿਣਾ ਚਾਹੋਗੇ ਇਹ ਜੋ ਵਾਰਦਾਤ ਜੇ ਘਟਨਾ ਹੋਈ ਹੈ ਕਟੜਾ ਜੀ ਬਹੁਤ ਮੰਦਭਾਗੀ ਘਟਨਾ ਹੋਈ ਹੈ ਇਹ ਤੇ ਪਰ ਜਦੋਂ ਸਾਨੂੰ ਅਸੀਂ ਸੋਚ ਵੀ ਨਹੀਂ ਸਕਦੇ ਵੀ ਸਾਡੇ ਘਰ ਦੇ ਉੱਤੇ ਵੀ ਕੋਈ ਗੋਲੀਆਂ ਦਾ ਚਲਾ ਸਕਦਾ ਪਹਿਲਾਂ ਤਾਂ ਸੁਣਦੇ ਸੀ ਵੀ ਸਰੀ ਦੇ ਵਿੱਚ ਗੋਲੀਆਂ ਚਲਦੀਆਂ ਆ ਐਦਾਂ ਹੁੰਦਾ ਆ ਪਰ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਵੀ ਸਾਡੇ ਘਰ ਦੇ ਉੱਤੇ ਵੀ ਐਦਾਂ ਕੋਈ ਗੋਲੀਆਂ ਮਾਰ ਚੁੱਕਾ ਸੋ ਕੀ ਟਾਈਮ ਸੀਗਾ ਉਦੋਂ ਸਵੇਰ ਦਾ ਟਾਈਮ ਸੀਗਾ ਸੋ ਕੀ ਸਿਚੁਏਸ਼ਨ ਸੀਗੀ ਜਦੋਂ ਗੋਲੀਆਂ ਚਲੀਆਂ ਸਾਨੂੰ ਅਸੀਂ ਸੁੱਤੇ ਪਏ ਸੀ ਉਸ ਵੇਲੇ ਸਵੇਰ ਦੇ 2:40 ਮਿੰਟ ਤੇ ਸਾਨੂੰ ਆਵਾਜ਼ ਸੁਣਾਈ ਦਿੱਤੀ ਆ ਤੇ ਫਿਰ ਜਦ ਫਾਇਰਵਰਕਸ ਚੱਲਦੇ ਹੁੰਦੇ ਐਦਾਂ ਸਾਨੂੰ ਆਵਾਜ਼ ਆਈ ਆ ਸੋ ਕਿੰਨੀਆਂ ਗੋਲੀਆਂ ਕੁੱਲ ਜਿਹੜੀਆਂ ਨੇ ਵੱਜੀਆਂ ਨੇ ਕਿੱਥੇ ਕਿੱਥੇ ਨੁਕਸਾਨ ਹੋਇਆ ਅ ਇੱਕ ਘਰ ਦੇ ਵਿੱਚ ਘਰ ਦੀ ਛੱਤ ਦੇ ਵਿੱਚ ਵੀ ਲੱਗੀਆਂ ਨੇ ਬਿੰਦੂਆਂ ਦੇ ਵਿੱਚ ਲੱਗੀਆਂ ਹੋਈਆਂ ਗਾਰਾਜ ਡੋਰ ਦੇ ਵਿੱਚ ਲੱਗੀ ਆ ਤੇ ਗਾਰਾਜ ਦੇ ਵਿੱਚ ਉਹ ਲਾ ਕੇ ਬੱਚਿਆਂ ਦਾ ਸਕੂਟਰ ਥਲੇ ਪਿਆ ਸੀ ਉਹਦੇ ਵਿੱਚ ਜਾ ਕੇ ਲੱਗੀ ਆ ਗੋਲੀ ਤੇ ਜਿੰਨੀਆਂ ਗੱਡੀਆਂ ਦੇ ਵਿੱਚ ਸਾਡੀਆਂ ਜਮਾਰੀਆਂ ਹੋਈਆਂ ਉਹ ਪਤਾ ਨਹੀਂ ਹਜੇ ਕਿੰਨੀਆਂ ਗੋਲੀਆਂ ਨੇ ਸੋ ਗੱਡੀਆਂ ਕਿੱਥੇ ਨੇ ਹੁਣ ਇਸ ਵਾਰ ਆਈਸੀਬੀਸੀ ਲੈ ਕੇ ਗਈ ਪੁਲਿਸ ਲੈ ਕੇ ਗਈ ਆ ਜੀ ਸੋ ਪੁਲਿਸ ਨੂੰ ਕੰਪਲੇਂਟ ਕੀਤੀ ਜਦੋਂ ਸੋ ਪੁਲਿਸ ਆਈ ਪੁਲਿਸ ਦਾ ਕੀ ਰਿਐਕਸ਼ਨ ਪੁਲਿਸ ਨੇ ਆ ਕੇ ਸਾਨੂੰ ਕਿਹਾ ਵੀ ਤੁਸੀਂ ਘਰ ਦੇ ਬਾਹਰ ਚਲੇ ਜਾਓ ਤੇ ਹੱਥ ਖੜੇ ਕਰਕੇ ਉਹ ਨਹੀਂ ਸਾਥੋਂ ਘਰ ਦੇ ਬਾਹਰ ਤੁਹਾਨੂੰ ਕੱਢ ਦਿੱਤਾ ਤੇ ਉਸ ਤੋਂ ਬਾਅਦ ਅਸੀਂ 2 ਘੰਟੇ ਉੱਥੇ ਠੰਡ ਦੇ ਵਿੱਚ ਖੜੇ ਰਹੇ ਆ ਤੇ ਉਹਨਾਂ ਨੇ ਉਸ ਤੋਂ ਬਾਅਦ ਆਪਣੇ ਉਹ ਐਂਟਰ ਕਰ ਗਏ ਸੀ ਘਰ ਦੇ ਵਿੱਚ ਫਿਰ ਉਹਨਾਂ ਨੇ ਕਿਹਾ ਤੇ ਵੀ ਤੁਸੀਂ ਇੱਥੇ ਚਲੇ ਜਾਓ ਤੁਸੀਂ ਘਰ ਦੇ ਵਿੱਚ ਜਾ ਨਹੀਂ ਸਕਦੇ ਹੁਣ ਸੋ ਜਦੋਂ ਗੋਲੀਆਂ ਚੱਲੀਆਂ ਤਾਂ ਉਸ ਟਾਈਮ ਦੇ ਉੱਤੇ ਕੌਣ ਕੌਣ ਨੇੜੇ ਸੀਗਾ ਸੋ ਕਿਸੇ ਦੇ ਨੁਕਸਾਨ ਹੋਇਆ ਕਿਸੇ ਦੇ ਲੱਗੀ ਜਾਂ ਕੋਈ ਇਹਦੇ ਵਿੱਚ ਘਟਨਾ ਦੇ ਵਿੱਚ ਕਿਸੇ ਨੂੰ ਗੋਲੀ ਤਾਂ ਨਹੀਂ ਲੱਗੀ ਨੇ ਗੋਲੀ ਲੱਗੀ ਨਹੀਂ ਕਿਸੇ ਨੂੰ ਪਰ ਜਿੱਥੇ ਗੋਲੀਆਂ ਇੰਟਰ ਹੋਈਆਂ ਘਰ ਦੇ ਵਿੱਚ ਉਹਦੇ ਕੋਲ ਹੀ ਮੇਰੇ ਗ੍ਰੈਂਡਮਦਰ ਆ ਉਹ ਸੋਫੇ ਦੇ ਉੱਤੇ ਉਸ ਦਿਨ ਸੁੱਤੇ ਪਏ ਸੀ ਓਕੇ ਉਸ ਦਿਨ ਉਹ ਨੇੜੇ ਸੀਗੇ ਸੋ ਇਹ ਤੁਸੀਂ ਮਿਰਕਲ ਸਮਝੋ ਕਿ ਰੱਬ ਦਾ ਹੀ ਭਲਾ ਸਮਝੋ ਕਿ ਕਿਸੇ ਦਾ ਨੁਕਸਾਨ ਨਹੀਂ ਹੋਇਆ ਚਲੋ ਇਹ ਚੀਜ਼ਾਂ ਦਾ ਨੁਕਸਾਨ ਹੋਣਾ ਤੋਂ ਤੁਸੀਂ ਬਾਅਦ ਚ ਸਹੀ ਕਰ ਸਕਦੇ ਆ ਪਰ ਕਿਸੇ ਦੀ ਜਾਨ ਦਾ ਨੁਕਸਾਨ ਹੁੰਦਾ ਤਾਂ ਬਹੁਤ ਵੱਡਾ ਨੁਕਸਾਨ ਇਹ ਯਾਨੀ ਕਿ ਬਹੁਤ ਯਾਨੀ ਕਿ ਚੰਗੀ ਗੱਲ ਇਹ ਹੋਈ ਹੈ ਕਿ ਲੱਗੀ ਨਹੀਂ ਕਿਸੇ ਦੇ ਗੋਲੀ ਕਿਉਂਕਿ ਜੇ ਦੂਜੀ ਸਾਈਡ ਤੋਂ ਘਰਦੇ ਗੋਲੀਆਂ ਮਾਰਦੇ ਤਾਂ ਦੂਸਰੀ ਸਾਈਡ ਤੇ ਮੇਰੇ ਡੈਡੀ ਦਾ ਬੈਡਰੂਮ ਹੁੰਦਾ ਆ ਸੇਮ ਫਲੋਰ ਦੇ ਉੱਤੇ ਤੇ ਉੱਥੇ ਉਹਨਾਂ ਦੇ ਗੋਲੀਆਂ ਲੱਗ ਜਣੀਆਂ ਸੀ ਅੱਛਾ ਸੀਸੀਟੀਵੀ ਹੁਣ ਅੱਜ ਕੱਲ ਸਾਰੇ ਘਰਾਂ ਦੇ ਵਿੱਚ ਲੱਗੇ ਹੋਏ ਆ ਫੁਟੇਜ ਦੇ ਵਿੱਚ ਕੋਈ ਚਿਹਰਾ ਪਤਾ ਲੱਗਿਆ ਹੋਵੇ ਕੋਈ ਹਜੇ ਤੱਕ ਜਾਣਕਾਰੀ ਮਿਲੀ ਹੋਵੇ ਕਿ ਆਖਿਰ ਚਲਾਈਆਂ ਕਿਹਨੇ ਸੀ ਨਹੀਂ ਕੈਮਰੇ ਵਿੱਚ ਅਸੀਂ ਚੈੱਕ ਕੀਤਾ ਤੇ ਪੁਲਿਸ ਕੋਲ ਵੀ ਰਿਕਾਰਡਿੰਗ ਹੈਗੀ ਆ ਤੇ ਉਹ ਇੱਕ ਬੰਦਾ ਤੁਰ ਕੇ ਆਉਂਦਾ ਆ ਘਰ ਦੇ ਘਰ ਦੇ ਗੱਡੀਆਂ ਦੇ ਕੋਲ ਆ ਕੇ ਤੇ ਉਹ ਗੋਲੀਆਂ ਵੀਡੀਓ ਬਣਾਉਣੀ ਸ਼ੁਰੂ ਕਰਦਾ ਆ ਆਪਣੇ ਫੋਨ ਦੇ ਵਿੱਚ ਤੇ ਫਿਰ ਨਾਲੇ ਗੋਲੀਆਂ ਚਲਾਉਂਦਾ ਉਹ ਤੇ ਕਿਆ ਆ ਰਿਹਾ ਤਰਕੇ ਆ ਰਿਹਾ ਜੀ ਸੋ ਉਸ ਤੋਂ ਬਾਅਦ ਹੁਣ ਪੁਲਿਸ ਕਿੱਥੇ ਤੱਕ ਇਨਵੈਸਟੀਗੇਸ਼ਨ ਲੈ ਕੇ ਜਾ ਰਹੀ ਹੈ ਕੀ ਕੁਝ ਹੋ ਰਿਹਾ ਹੁਣ ਪੁਲਿਸ ਦੇ ਵੱਲੋਂ ਪੁਲਿਸ ਟਰਾਈ ਕਰ ਰਹੀ ਹੈ ਪਰ ਉਹਨੂੰ ਸਸਪੈਕਟ ਨੂੰ ਫੜਨ ਲਈ ਵੀ ਜਿਹਨੇ ਵੀ ਉਹ ਵੀਡੀਓ ਬਣਾਈ ਆ ਕਿਨੇ ਸੈਂਡ ਕੀਤੀ ਆ ਪੁਲਿਸ ਕਰ ਰਹੀ ਹੈ ਆਪਣਾ ਕੰਮ ਜੀ ਸੋ ਪੰਜਾਬੀ ਸਿੰਗਰ ਕਰਨ ਆਲ ਦਾ ਨਾਮ ਆ ਰਿਹਾ ਕਿ ਉਹਦੇ ਫਰੈਂਡ ਦੇ ਨੂੰ ਨੁਕਸਾਨ ਪਹੁੰਚਾਨ ਆਈ ਸੀਗੇ ਸੋ ਉਹਨਾਂ ਦੇ ਨਾਲ ਤੁਹਾਡੀ ਕੋਈ ਲੈਂਡ ਨਹੀਂ ਕੋਈ ਵੀ ਕੋਈ ਫਰੈਂਡਸ਼ਿਪ ਨਹੀਂ ਕੋਈ ਕੁਝ ਨਹੀਂ ਸੋ ਸਿਰਫ ਤੇ ਤੁਸੀਂ ਇਸ ਘਰ ਦੇ ਵਿੱਚ ਜਦੋਂ ਉਹਨਾਂ ਨੇ ਲਿਖਿਆ ਹੋਇਆ ਕਿ ਤੇਰੇ ਫਰੈਂਡ ਦੇ ਘਰ ਜਿਹੜਾ ਅਸੀਂ ਗੋਲੀਆਂ ਮਾਰਨ ਆਏ ਹੈਗੇ ਆ ਜਾਂ ਉਹਦਾ ਨੁਕਸਾਨ ਕਰਨ ਆਏ ਹੈਗੇ ਆ ਸੋ ਤੁਸੀਂ ਉਹ ਫਰੈਂਡ ਨਹੀਂ ਨਹੀਂ ਜੀ ਮੈਂ ਨਹੀਂ ਹੈਗਾ ਜੀ ਉਹ ਜਦੋਂ ਜਦੋਂ ਵੀ ਉਹ ਉਹ ਬੰਦੇ ਨੇ ਗੋਲੀਆਂ ਚਲਾਈਆਂ ਸ਼ੂਟਰ ਨੇ ਉਸ ਵੇਲੇ ਉਹਨੇ ਇੱਕ ਚਿੱਠੀ ਲੈ ਕੇ ਡਰਾਈਵ ਦੇ ਵਿੱਚ ਸਿੱਟੀ ਆ ਉਹਦੇ ਵਿੱਚ ਉਹਨੇ ਕਰਨ ਔਜਲਾ ਤੇ ਉਹਦੇ ਫਰੈਂਡ ਦੇ ਬਾਰੇ ਜ਼ਿਕਰ ਕੀਤਾ ਹੋਇਆ। ਸੋ ਉਹ ਚਿੱਠੀ ਹੈ ਜਿਹੜੀ ਆ ਉਹ ਪੁਲਿਸ ਦੇ ਕੋਲ ਹੈ। ਹਾਂਜੀ ਉਹ ਪੁਲਿਸ ਕੋਲ ਹੈ। ਸੋ ਇਸ ਘਰ ਦੇ ਵਿੱਚ ਰਹਿੰਦੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ? ਮੈਨੂੰ 5 ਮਹੀਨੇ ਹੋਇਆ ਜਿੱਥੇ ਰਹਿੰਦੇ। ਅੱਛਾ 5 ਮਹੀਨੇ ਹੋਇਆ। ਸੋ ਲਿੰਕ ਜਿਹੜਾ ਆ ਉਹ ਪੁਰਾਣੇ ਓਨਰ ਦੇ ਨਾਲ ਸੀ ਜਾਂ ਕਿਸੇ ਰੇਲਟਰ ਦੇ ਨਾਲ ਸੀ ਕਿਵੇਂ ਸੀ? ਹਾਂਜੀ ਪੁਲਿਸ ਨੇ ਇਹੀ ਡਿਕਲੇਅਰ ਕੀਤਾ ਵੀ ਜਿਹੜਾ ਪ੍ਰੀਵੀਅਸ ਓਨਰ ਸੀ ਉਹਦੇ ਨਾਲ ਪ੍ਰੋਬਲਮ ਕਰਕੇ ਗੁਲੀਆਂ ਵਜੀਆਂ। ਸੋ ਉਹਨਾਂ ਬੱਚਿਆਂ ਦੇ ਉੱਤੇ ਮਨਾਂ ਦੇ ਉੱਤੇ ਕਿਉਂਕਿ ਜਦੋਂ ਇਦਾਂ ਦੀ ਕੋਈ ਘਟਨਾ ਹੁੰਦੀ ਹੈ ਤਾਂ ਸਭ ਤੋਂ ਜ਼ਿਆਦਾ ਮਾਨਸਿਕ ਤੌਰ ਤੇ ਅਸੀਂ ਹਿੱਲ ਜਾਂਦੇ ਹਾਂ ਇੱਕ ਤਰ੍ਹਾਂ ਦੇ ਨਾਲ ਕਿਸ ਤਰ੍ਹਾਂ ਟੈਕਲ ਕਰ ਰਹੇ ਹੋ ਸਿਚੁਏਸ਼ਨ ਬੱਚੇ ਬਹੁਤ ਜ਼ਿਆਦਾ ਸ਼ੌਕਟ ਹੋ ਗਏ ਸੀ ਜਦੋਂ ਉਹਨਾਂ ਨੂੰ ਸੱਤੇ ਪੈਰ ਉਠਾਲਿਆ ਕਿ ਉੱਠੋ ਕਿ ਗੋਲੀਆਂ ਚੱਲੀਆਂ ਨੇ ਉਹ ਬੱਚੇ ਨੇ ਪੁੱਛਿਆ ਜੜੀ ਕਿੱਥੇ ਮੈਂ ਆਪਣੇ ਘਰ ਤੇ ਤੇ ਬੱਚੇ ਇੰਨੇ ਜ਼ਿਆਦਾ ਡਰ ਗਏ ਸੀ ਕਿ ਕੀ ਹੋ ਗਿਆ ਇਦਾਂ ਤੇ ਹਜੇ ਤੱਕ ਵੀ ਉਹ ਉਸ ਗੱਲ ਨੂੰ ਉਹ ਬਾਰ ਬਾਰ ਯਾਦ ਕਰਕੇ ਚੌਕ ਜਏ ਹੋਏ ਹੋਏ ਨੇ ਤੁਹਾਨੂੰ ਦਿਖਾਉ ਉਹ ਜੀ ਕਿੱਥੇ ਕਿੱਥੇ ਗੋਲੀਆਂ ਚੰਨੀਆਂ ਨੇ ਗੋਲੀਆਂ ਜੀ ਇੱਥੋਂ ਤੋਂ ਸ਼ੁਰੂ ਕਰ ਲੈਨੇ ਆ ਜੀ ਓਕੇ ਇੱਥੇ ਗੋਲੀ ਵੱਜੀ ਜੀ ਇਹ ਜਾ ਕੇ ਉਹ ਉਧਰ ਰੂਫ ਦੇ ਵਿੱਚ ਗਈ ਉੱਤੇ ਜੀ ਜੀ ਤੇ ਉਸ ਤੋਂ ਬਾਅਦ ਫਿਰ ਇੱਧਰ ਲੱਗੀ ਆ ਇੱਥੇ ਲੱਗੀ ਆ ਜੀ ਜੀ ਉਹ ਹੈਗੀ ਉਧਰ ਜੀ ਤੇ ਇਹ ਵੀ ਜਾ ਕੇ ਰੂਫ ਦੇ ਵਿੱਚ ਗੋਲੀਆਂ ਗਈਆਂ ਪੁਲਿਸ ਨੇ ਰੂਫ ਦੇ ਵਿੱਚੋਂ ਗੋਲੀਆਂ ਕੱਢੀਆਂ ਵਾਰ ਸੋ ਰੂਫ ਦੇ ਵਿੱਚ ਗੋਲੀਆਂ ਨੇ ਇੱਥੇ ਗੋਲੀਆਂ ਨੇ ਤੇ ਗਰਾਜ ਦੀ ਡੋਰ ਦੇ ਉੱਤੇ ਡੋਰ ਦੇ ਇੱਧਰ ਵੀ ਆ ਤੇ ਬਾਹਰਲੇ ਪਾਸੇ ਵੀ ਕਾਫੀ ਗੋਲੀਆਂ ਲੱਗੀਆਂ ਹੋਈਆਂ ਸੋ ਤੁਹਾਡੇ ਦਾਦੀ ਜੀ ਉੱਧਰ 4-5 ਫੁੱਟ ਉਸ ਸੋਫੇ ਦੇ ਉੱਤੇ ਸੀ ਜੀ ਓਕੇ 4 ਫੁੱਟ ਦੀ ਦੂਰੀ ਦੇ ਉੱਤੇ ਸੀ ਜੀ ਕੀ ਕਹਿਣਾ ਸੋਹਣਿਆ ਤੁਸੀਂ ਜਦੋਂ ਇਦਾਂ ਦੀਆਂ ਕਤਨਾਵਾਵਾਂ ਹੁੰਦੀਆਂ ਮੈਂ ਤਾਂ ਇਹੀ ਕਹਿਣਾ ਚਾਹਣਾ ਕਿ ਜਿਹੜੇ ਤਾਂ ਕੋਈ ਬੰਦੇ ਕਿਉਂ ਗੈਂਗ ਰੀਲੇਟਡ ਹੈਗੇ ਜਾਂ ਕਿਸੇ ਦਾ ਕਿਸੇ ਦਾ ਰੋਲਾ ਚੱਲਦਾ ਹੈ ਉਹਨਾਂ ਦੇ ਨਾਲ ਕੋਈ ਤਾਂ ਹਿਪਰ ਹੁੰਦਾ ਆਪਾਂ ਨੂੰ ਕੋਈ ਨਹੀਂ ਪਰ ਜਿਹੜੇ ਆਮ ਨਾਗਰਿਕ ਆ ਜਿਹੜੇ ਆਪਾਂ ਕੰਮ ਕਰਦੇ ਆ ਮੁਰਗਜਾ ਦਿੰਦੇ ਆ ਜਿਹੜੇ ਆਮ ਆ ਨਾਗਰਿਕਾਂ ਦੇ ਜਿਹੜਾ ਜਿਨ੍ਹਾਂ ਦੁਬਰ ਕੀਤਾ ਹੋਇਆ ਇਹ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਬਿਲਕੁਲ ਜੀ ਸੇਫਟੀ ਦਾ ਇਸ਼ੂ ਜਿਹੜਾ ਹੈ ਉਹ ਸਭ ਤੋਂ ਪਹਿਲੇ ਨੰਬਰ ਤੇ ਆ ਕਿ ਸੇਫਟੀ ਦਾ ਇਸ਼ੂ ਸੋਲਵ ਹੋਣਾ ਚਾਹੀਦਾ ਹੈ ਕਿ ਹਰ ਕੋਈ ਤੁਰਿਆ ਜਾਂਦਾ ਆਪਣੇ ਘਰ ਦੇ ਵਿੱਚ ਸੇਫ ਸਮਝੇ ਹੁਣ ਘਰ ਦੇ ਵਿੱਚ ਬੈਠੇ ਸੀ ਤੇ ਅਸੀਂ ਘਰ ਦੇ ਵਿੱਚ ਵੀ ਸੇਫ ਨਹੀਂ ਉਹੀ ਚੱਕਰਾਂ ਵਿੱਚ ਜਿਹੜੀ ਗੋਲੀ ਆ ਗੋਲੀ ਨੇ ਆ ਕੇ ਨੌ ਥੋੜੀ ਪੁੱਛਣਾ ਮੇਰਾ ਨਾਂ ਗੋਲੀ ਤਾਂ ਜਿਹਦੇ ਲੱਗੀ ਤੇ ਲੱਗੀ ਬਸ ਉਹ ਤਾਂ ਜਿਹੜੀ ਕੀ ਕੀ ਕਰ ਸਕਦੇ ਆ ਬੰਦਾ ਗੋਲੀ ਸਾਹਮਣੇ ਕੁਝ ਨਹੀਂ ਕਰ ਸਕਦਾ ਬਿਲਕੁਲ ਜੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਦੇਖਣੀਆਂ ਪਰਖਣੀਆਂ ਪੈਣਗੀਆਂ ਸੋ ਐਂਡ ਦੇ ਉੱਤੇ ਕੀ ਕਹੋਗੇ ਐਂਡ ਤੇ ਬਸ ਇਹੀ ਕਹਿਣਾ ਚਾਹੁੰਦਾ ਜੀ ਯਾਨੀ ਕਿ ਮੈਂ ਆਪਣਾ ਮੇਰਾ ਇਕੱਲੇ ਦਾ ਨਹੀਂ ਮੈਂ ਸਾਰਿਆਂ ਦੀ ਸੇਫਟੀ ਦੀ ਗੱਲ ਕਰਦਾ ਹਾਂ ਕਿ ਕਿਸੇ ਦੇ ਉੱਤੇ ਵੀ ਇਦਾਂ ਦੇ ਹਮਲੇ ਨਹੀਂ ਹੋਣੇ ਚਾਹੀਦੇ ਪੁਲਿਸ ਨੂੰ ਕੋਈ ਸਖਤ ਕਾਨੂੰਨ ਬਣਾਉਣੇ ਚਾਹੀਦੇ ਆ ਜੇ ਕੋਈ ਬੰਦੇ ਨੂੰ ਫੜਦੇ ਆ ਤਾ ਉਹਨੂੰ ਸਖਤ ਤੋਂ ਸਖਤ ਸਜ਼ਾ ਦੇਣ ਤੇ ਜਾਂ ਜਿਹੜਾ ਵੀ ਆਮ ਗਨ ਕਿਤੇ ਮਿਲਦੀਆਂ ਉਹ ਚੀਜ਼ਾਂ ਦੇ ਉੱਤੇ ਪਾਬੰਦੀ ਲਗਣੀ ਚਾਹੀ ਬਿਲਕੁਲ ਜੀ ਸੋ ਇਹੀ ਕੰਸਰਨ ਹੈ ਕਿ ਸੇਫਟੀ ਹੋਣੀ ਚਾਹੀਦੀ ਹੈ ਹੁਣ ਪੁਲਿਸ ਅੱਗੇ ਕੀ ਡਿਸੀਜਨ ਲੈਂਦੀ ਆ ਅੱਗੇ ਫੜੇ ਜਾਂਦੇ ਆ ਗੋਲੀ ਚਲਾਉਣ ਵਾਲੇ ਨਹੀਂ ਫੜੇ ਜਾਂਦੇ ਇਹ ਅਗਲੇ ਆਉਣ ਵਾਲੇ ਸਮੇਂ ਤੇ ਡਿਪੈਂਡ ਕਰਦਾ ਹੈ ਬਿਊਰੋ ਰਿਪੋਰਟ ਸੰਜਾ ਟੀਵੀ ਮੇਰਾ ਨਾਮ ਬੁਲਿਹਾਰ ਸਿੰਘ ਘਰਚਾ ਜੀ ਜੀ ਸੋ ਤੁਸੀਂ ਸੁਖੀ ਘਰਚਾ ਜੀ ਦੇ ਫਾਦਰ ਹੋ ਹਾਂਜੀ ਤੇ ਜਿਸ ਦਿਨ ਗੋਲੀਆਂ ਚਲੀਆਂ ਤੁਸੀਂ ਕਿੱਥੇ ਸੀ ਮੈਂ ਆਪਣੇ ਰੂਮ ਵਿੱਚ ਸੁੱਤਾ ਪਿਆ ਸੀ ਉੱਥੇ ਜੇ ਦੂਜੇ ਪਾਸਿਓਂ ਗੋਲੀਆਂ ਚਲਦੀਆਂ ਤਾਂ ਫਿਰ ਇਹ ਮੇਰੇ ਰੂਮ 'ਚ ਆਉਣੀਆਂ ਸੀ ਹਾਂਜੀ ਤੇ ਕੀ ਕਹੋਗੇ ਤੁਸੀਂ ਜਦੋਂ ਇਹ ਸਾਰਾ ਕੁਝ ਸੀ ਤੇ ਅੱਗੇ ਇੰਨੇ ਕਦੇ ਸੋਚਿਆ ਹੀ ਨਹੀਂ ਅਸੀਂ ਤਾਂ ਸੋਚਦੇ ਸੀ ਕਿ ਵੇ ਇੱਥੇ ਬਹੁਤ ਵਧੀਆ ਜ਼ਿੰਦਗੀ ਜੀਣੇ ਆਸੀਂ। ਨਾ ਕੋਈ ਇਦਾਂ ਦਾ ਦੇਖਿਆ ਹੀ ਸੀਗਾ। ਅਸੀਂ ਇੰਡੀਆ 'ਚ ਕਹਿੰਦੇ ਸੀ ਕਿ ਕੋਈ ਖੜਕਾ ਹੋਣਾ ਕਹਿੰਦੇ ਰੋਦ ਆ ਗਿਆ ਆ ਗਿਆ। ਇੱਥੇ ਕੋਈ ਲੋੜੇ ਨਹੀਂ ਇਦਾਂ ਦੀ। ਕਿ ਕਿ ਐਜੀ ਕਿਤਨਾ ਹਵਾ ਸੀ ਕਦੇ ਪਹਿਲਾਂ ਸੁਣੀਆਂ ਹੁੰਦੀਆਂ ਕਦੇ ਹੋਈਆਂ ਨਹੀਂ। ਨਹੀਂ ਨਹੀਂ ਪਹਿਲੀ ਸਾਡੇ ਨਾਲ 24 ਸਾਲ 'ਚ ਪਹਿਲੀ ਵਾਰ ਚਾਂਸ ਹੋਇਆ ਇਹ। ਬਿਲਕੁਲ ਜੀ। ਸੋ ਅਸੀਂ ਸਾਫ਼ ਸੁਥਰੀ ਜ਼ਿੰਦਗੀ ਜਿਉਂਦੇ ਆ ਸਾਡਾ ਬਾਹਰ ਵਾਸਤਾ ਨਹੀਂ ਹੁੰਦਾ। ਹਾਂ ਜੀ ਹਾਂ ਜੀ। ਪਰ ਜਦੋਂ ਆਪਣੇ ਘਰ ਆਪਣੇ ਕੰਮ ਕਰਦੇ ਕੰਮ ਕਰਕੇ ਬੰਦਾ ਘਰ ਆ ਜਾਂਦਾ। ਬਿਲਕੁਲ ਜੀ। ਜੋ ਇਸ ਤੋਂ ਬਾਅਦ ਗ ਕਾਰ ਨੂੰ RCMP ਨੂੰ ਕੀ ਮੈਸੇਜ ਹੋਗਾ ਉਹਨਾਂ ਨੂੰ ਮੈਸੇਜ ਇਹ ਹੀ ਦਿੰਨੇ ਵੀ ਲੋਕਾਂ ਦੀ ਰੱਖਿਆ ਕਰੋ ਜਿੱਦਾਂ ਵੀ ਹੁੰਦੀ ਆ ਤੇ ਲੋਕ ਆਪਣੇ ਘਰ ਸੁਖੀ ਬਸਣ ਕਿਸੇ ਨੂੰ ਕਹਨੂੰ ਤੰਗ ਕਰਦੇ ਆ ਜੀ ਜੀ ਸੋ ਇਹ ਤੁਹਾਡੇ ਨਾਲ ਤੁਹਾਡੇ ਮੇਰੀ ਮਦਰ ਆ ਜੀ ਅੱਲਾਹ ਲਵੇ ਜੀ ਡਿਜੀਟਲ ਨਾਮ ਕੀ ਹੈ ਜੀ ਮੇਰਾ ਗਰਦੀਪ ਘਰਚਾ ਸੋ ਵੀ ਜੀ ਤੁਸੀਂ ਐਸ ਸੋਤੇ ਤੇ ਸੁਪਨੇ ਹਾਂਜੀ ਮੈਂ ਇੱਥੇ ਸੌਂਦੀ ਹਾਂ ਅੰਦੀ ਕਿਹੜੇ ਪੈਸੇ ਤੁਸੀਂ ਹਾਂਜੀ ਤੇ ਗੋਲੀਆਂ ਜਿਹੜੀ ਨਾਲ ਦੀ ਵਿੰਡੋ ਚ ਚੱਲੀਆਂ ਹਾਂਜੀ ਨਾਲ ਦੀ ਵਿੰਡੋ ਚ ਚੱਲੀਆਂ ਗੋਲੀਆਂ ਉਧਰ ਚੱਲੀਆਂ ਮੈਨੂੰ ਇੱਥੇ ਸੁਣੀਆਂ ਵੀ ਨਹੀਂ ਮੈਨੂੰ ਸੁਣਨ ਦਾ ਉੱਚਾ ਕਰਕੇ ਨਾ ਥੋੜਾ ਥੋੜਾ ਇੱਧਰ ਨਹੀਂ ਮੈਨੂੰ ਗੋਲੀਆਂ ਸੁਣੀਆਂ ਖੜਕਦੀਆਂ ਮੈਨੂੰ ਤਾਂ ਉਹ ਪੌੜੀਆਂ ਪਹਿਲਾਂ ਖੜਕਾ ਸੁਣੀਆਂ ਜਾਂ ਤਾਂ ਉਹ ਜਿੱਥੇ ਗੋਲੀਆਂ ਬੜੀਆਂ ਆ ਉੱਥੇ ਕੜਕਦੀਆਂ ਹੋ ਗਈਆਂ ਹਨ ਇੱਥੇ ਸੋਣੇ ਸਾਡੀ ਵੋਟੀ ਕੰਮ ਤੇ ਜਾਂਦੀ ਹੁੰਦੀ ਹੈ ਤੇ ਮੈਂ ਕਿਹਾ ਵੀ ਉਹ ਘਰੇ ਪੌੜੀ ਉਤਰਦੀ ਆ ਇਹ ਮੈਂ ਕਿਹਾ ਪੌੜੀ ਉਤਰਦੀ ਆ ਮੈਂ ਕਿਹਾ ਇਹ ਪੌੜੀਆਂ ਜਿਖੜੇ ਅਮਨੇ ਪੌੜੀਆਂ ਦੇਖਦਾ ਨਹੀਂ ਭਈ ਤੂੰ ਛੱਡ ਤਾਂ ਨਹੀਂ ਲੱਗੀ ਮੈਂ ਉੱਧਰ ਕਰੀ ਜਾਨੀ ਇਹਨਾਂ ਨੂੰ ਤੇ ਇਹ ਜੇ ਦੋਏ ਜਾਣੇ ਉੱਤਰ ਕੇ ਥੱਲੇ ਨੂੰ ਆ ਗਏ ਮੈਂ ਕਿਹਾ ਕੀ ਗੱਲ ਕਾਦਾ ਖੜਕਾ ਹੋ ਜਾਗਾ ਅੱਕ ਥੱਲੇ ਦੇਖ ਕੇ ਆ ਤਾਂ ਇੱਥੇ ਕਹਿੰਦੇ ਕੁਝ ਵੀ ਨਹੀਂ ਇੱਥੇ ਫਿਰ ਮੈਂ ਕਿਹਾ ਥੱਲੇ ਫੋਟ ਬੇਸਮੈਂਟ ਚ ਦੇਖੇ ਉੱਥੇ ਨਾ ਕੁਝ ਹੋਵੇ ਤਾਂ ਇਹ ਕੰਦੇ ਕੋਈ ਨਹੀਂ ਵੀਜੀ ਹੈ ਕਿ ਫੇਰ ਚੜ ਗਿਆ ਫੌੜੀ ਫੇਰ ਉਤਰਿਆ ਜੇ ਫੇਰ ਉਤਰੇ ਤਾਂ ਫੇਰ ਉੱਥੇ ਪੌੜੀਆਂ ਦੇ ਖੜੇ ਨੂੰ ਕਿਤੇ ਨਹੀਂ ਉਹ ਦਿਸ ਫੇ ਧਾਗੇ ਜਾਂ ਲਾਮਕ ਦੇ ਕਹਿੰਦੀ ਇਹ ਤਾਂ ਕੋਈ ਕਾਰਾ ਕਰ ਗਿਆ ਗੋਲੀਆਂ ਚੱਲ ਗਈਆਂ ਹਾਂਜੀ ਤਾਂ ਫਿਰ ਇਹ ਨੇ ਦੇਖਿਆ ਉਹ ਜੇ ਤੁਹਾਨੂੰ ਪਤਾ ਲੱਗਿਆ ਵੀ ਗੋਲੀਆਂ ਚੱਲੀਆਂ ਤਾਂ ਵੱਡਾ ਕੀ ਰਿਐਕਸ਼ਨ ਸੀ ਕਿਉਂਕਿ ਕਈ ਵਾਰ ਸਟ्रेस ਹੋ ਜਾਂਦਾ ਮਨ ਸਿਕਾ ਹੋ ਜਾਂਦਾ ਇਦਾਂ ਵੀ ਇੰਦਾ ਸ਼ੁਕਰ ਕਰਦੇ ਆਂ ਅਸੀਂ ਬੱਚਿਆਂ ਦਾ ਸਾਰਿਆਂ ਦਾ ਬਚਾਅ ਹੋ ਗਿਆ ਚਲੋ ਚੀਜ਼ਾਂ ਦਾ ਬੁੱਤ ਬਣ ਜਾਨੀਆਂ ਫੇਰ ਵੀ ਹੈਨਾ ਲੇ ਹੋ ਜੇ ਨਹੀਂ ਮੌਲਵੀ ਤੇ ਜਿਹੜਾ ਬੱਚਿਆਂ ਦਾ ਬਚਾ ਸਾਰਿਆਂ ਦਾ ਸਾਡਾ ਵੀ ਇਹ ਤਾਂ ਵੀ ਉਧਰੋਂ ਜੇ ਚਲ ਜਾਈਂ ਤੇ ਇਹਦੇ ਲੱਗਣੀ ਇਦੋਂ ਲੱਗਦੇ ਮੇਰੇ ਲੱਗਣੀ ਅਸੀਂ ਫੇਰ ਵੀ ਮਹਾਰਾਜ ਬਚਾ ਗਿਆ ਹੈ ਨਾ ਤੇ ਅੱਜ ਲੱਗ ਜੇ ਉਹ ਇੱਕ ਥੋੜਾ ਜਿਹਾ ਇੱਧਰ ਨੂੰ ਹੋ ਜਾਂਦਾ ਤਾਂ ਕੁਝ ਵੀ ਹੋ ਸਕਦਾ ਹਾਂ ਜੀ ਗਣਕੀ ਕੀਤਾ ਬਚਾ ਉਹ ਜਿੱਦਾਂ ਮੈਂ ਤਾਂ ਇਹ ਕਹਿੰਨੀ ਜਿੱਦਾਂ ਕੋਈ ਘਰ ਚ ਰਹਿ ਕੇ ਗਿਆ ਹੋਊਗਾ ਵੇ ਇਧਰ ਵੀ ਹੋਗੇ ਕੋਈ ਉਧਰ ਵੀ ਕਿਦੇ ਹੋਗੇ ਫੇ ਉਹ ਸਾਹਮਣੀ ਉਥੋਂ ਵੀ ਜਲਾ ਦੇ ਇਧਰ ਕਿਸੇ ਦੇ ਲੱਗਣੀਆਂ ਨਹੀਂ ਹੈ ਹੈਨਾ ਇਦਾਂ ਆ ਬਚਾ ਜਿੱਦਾਂ ਆਪੇ ਬਚਾ ਕਰ ਗਿਆ ਫੇ ਹੁ ਗੱਡੀਆਂ ਬਨ ਗਏ ਉਹਨਾਂ ਦਾ ਉਹ ਤਾਂ ਬਹੁਤ ਬਗੋਚਾ ਨਿਆਣੇ ਤਾਂ ਕੰਮਾਂ ਤੇ ਬੈਠੇ ਕੱਲ ਸਾਡੀ ਕੁੜੀਆਂ ਸਕੂਲ 2:30 ਵਜੇ ਲਿਆਉਣੀ ਤੇ ਫੋਨ ਆਈ ਜਾਣੇ ਇਹਨਾਂ ਵੀ ਜੇ ਤਫਲ ਗਏ 3:00 ਵਜੇ ਉੱਤੇ ਵਿਚਾਰੀਆਂ 3:30 ਹੋ ਗਏ ਸਟ्रेस ਹੋ ਜਾਂਦਾ ਜੀ ਸਰਕਾਰਾਂ ਨੂੰ ਕੀ ਕਹੋਗੇ ਸਾਰਾ ਟੈਪਰੇ ਹੀ ਛੱਟਣ ਇਹ ਫੋਨ ਨਹੀਂ ਆਉਂਨੇ ਇੱਕ ਕਦੇ ਇਹਦੇ ਫਰ ਆ ਜਾਂਦਾ ਕਦੇ ਮੇਰੇ ਘਰ ਵਾਲੇ ਫਰ ਆ ਜਾਂਦਾ ਉਹ ਚੱਕੀ ਜਾਣੀ ਕੀ ਕਹੋਗੇ ਜੀ ਇਸ ਬਾਰੇ ਕਟਨਾਵਾ ਬਾਰੇ ਜਿਹੜੀਆਂ ਹੁਣ ਕੈਨੇਡਾ ਜੈਨਾ ਮੁਲਕਾਂ ਚ ਹੋ ਰਹੀਆਂ ਹੇ ਇਹਨਾਂ ਮੁਲਕਾਂ ਚ ਵੀ ਅਸੀਂ ਕੰਮ ਕਰਦੇ ਹਾਂ ਹਾਂ ਅੱਛਾ ਜੀ ਸਰਕਾਰ ਨੂੰ ਚਾਹੀਦਾ ਨਾ ਬੋਲ ਕਰੇ ਹਾਂ ਇਦਾਂ ਹੀ ਆ ਹੁਣ ਪਹਿਲੇ ਗੱਡੀਆਂ ਦਾ ਕਿੰਨਾ ਬਗੋਚਾ ਨਹੀਂ ਆਉਣੀਆਂ ਨੇ ਗੱਡੀਆਂ ਦਾ ਬੱਚਿਆਂ ਦਾ ਵੀ ਪੰਨ ਤੋੜ ਕੇ ਵੀ ਗੱਡੀਆਂ ਚੋਂ ਕੀ ਲੈਣਾ ਸੀ ਹਣ ਹੈਨਾ ਜੀ ਬਿਲਕੁਲ ਜੀ ਕੀ ਮੈਸੇਜ ਦਵਾਂਗੇ ਕੀ ਕਹਾਂਗੇ ਕਹਿਣਾ ਮੈਂ ਕੀ ਆ ਪਤਾ ਇਦਾਂ ਚਾਹੀਦੀ ਨਹੀਂ ਐ ਸਾਰਿਆਂ ਦਾ ਭਲਾ ਸੋਚਣਾ ਹੈਨਾ ਵੀ ਜਿਹੜੇ ਇਦਾਂ ਦੇ ਬੰਦੇ ਖਰਾਬ ਆ ਉਹਨਾਂ ਨੂੰ ਫੜ ਕੇ ਮੇਰੇ ਤੋਂ ਜੀ ਬਿਲਕੁਲ ਵੀ ਛੋਹਾਂ ਨਹੀਂ ਜਰਾਕ ਗੋਲੀ ਇੱਕ ਤਾਂ ਜੀ ਇਸ ਸ਼ੀਸ਼ੇ ਵਿੱਚ ਵੱਜੀ ਆ ਉਸ ਤੋਂ ਬਾਅਦ ਗੋਲੀ ਜਾ ਕੇ ਉਹ ਉੱਪਰ ਵੱਜੀ ਆ ਮੋੜ ਲਿੰਗ ਦੇ ਵਿੱਚ ਤੇ ਜਿਹੜੀਆਂ ਇੱਧਰ ਗੋਲੀਆਂ ਪੁਲਿਸ ਨੇ ਦੂਜੀਆਂ ਕੀਤੀਆਂ ਇਹ ਇਹਦੇ ਵਿੱਚ ਇੱਕ ਗੋਲੀ ਪੁਲਿਸ ਨੇ ਇਹਦੇ ਵਿੱਚੋਂ ਕੱਢੀ ਆ ਜੀ ਜਿੱਥੇ ਕਯੂ ਦਾ ਸਾਈਨ ਲੱਗਾ ਹੋਇਆ ਇੱਕ ਗੋਲੀ ਉਹਨਾਂ ਨੇ ਇਹਦੇ ਵਿੱਚੋਂ ਕੱਢੀ ਆ ਤੇ ਇਹ ਰੇਲਿੰਗ 파ੜਦੀ ਹੋਈ ਗੋਲੀ ਇੱਧਰ ਆਈ ਆ ਜੀ ਤੇ ਅਸੀਂ ਜਮੀ ਟੁੱਟ ਗਿਆ ਤੁਸੀਂ ਕੀ ਜੀ ਇੱਥੇ ਗਰਾਜ ਦੇ ਵਿੱਚ ਵੀ ਗੋਲੀ ਲੱਗੀ ਆ? ਹਾਂ ਜੀ ਗਰਾਜ ਦੇ ਵਿੱਚ ਵੀ ਇੱਕ ਗੋਲੀ ਉੱਥੋਂ ਆਈ ਆ। ਜੀ ਤੇ ਉਹ ਆ ਕੇ ਸਿੱਧੀ ਗੋਲੀ ਇਸ ਬੱਚਾ ਦੇ ਇੱਥੇ ਸਕੂਟਰ ਦੇ ਵੱਜ ਕੇ ਅੱਛਾ ਜੀ ਇੱਥੇ ਹਾਂ ਜੀ ਤੇ ਇੱਥੇ ਗੋਲੀ ਲੱਗੀ ਗਰਾਜ ਦੇ ਵਿੱਚੋਂ ਜੀ ਅੱਛਾ ਜੀ ਤੇ ਉੱਥੋਂ ਪਾਰਦੀ ਹੋਈ ਗੋਲੀ ਇੱਧਰ ਗਈ ਇੱਥੇ ਸਕੂਟਰ ਦੇ ਆ ਕੇ ਵੱਜੀ ਹਾਂ ਜੀ ਇਸ ਤੋਂ ਬਾਅਦ ਗੋਲੀ ਉਹੋ ਜਾ ਕੇ ਇੱਧਰ ਇਹਦੇ ਵਿੱਚ ਵਿੰਡੋ ਦੇ ਇਹਦੇ ਪਿਕਚਰ ਦੇ ਵਿੱਚ ਹੋਲ ਕਰਕੇ ਤੇ ਡਰਾਈਵਲ ਦੇ ਵਿੱਚ ਗਈ ਕੋਚਮ ਇਹ ਇਥੇ ਕੜਾ ਹੁਣੋਂ ਸੋ ਇਹ ਗੋਲੀ ਇੱਥੇ ਗੋਲੀ ਇਤੋਂ ਇਧਰ ਨੂੰ ਆ ਗਈ ਫਿਰ ਓਕੇ ਇਹਦੇ ਵਿੱਚ ਜਾ ਕੇ ਫਿਰ ਡਰਾਈਵਰ ਦੇ ਵਿੱਚ ਗਈ ਇਹ ਪੁਲਿਸ ਨੂੰ ਵੀ ਗੋਲੀ ਲੰਬੀ ਨਹੀਂ ਇਹ ਬਾਅਦ ਵਿੱਚੋਂ ਕੱਢ ਕੇ ਮੈਂ ਪੁਲਿਸ ਨੂੰ ਦਿੱਤੀ ਓਕੇ ਫਿਰ ਡਰਾਈਵਰ ਦੇ ਵਿੱਚ ਚਲੀ ਹਾਂ ਜੀ ਪੁਲਿਸ ਨੇ ਸਾਰਾ ਰਾਜ ਛਾੜਿਆ ਪਰ ਉਹਨਾਂ ਨੂੰ ਗੋਲੀ ਇਹ ਮਿਲੀ ਨਹੀਂ ਸੀ ਸੋ ਟੋਟਲ 12 ਗੋਲੀਆਂ ਸੀ ਆ ਜਬ 12 ਕਹਿ ਸਕਦੇ ਤੇ ਇੱਥੇ ਵੀ ਆ ਇਹਦੇ ਵਿੱਚ ਜੋ ਪਿਕਚਰ ਦੇ ਵਿੱਚ ਉੱਥੇ ਗਈ ਗੋਲੀ ਸੋ ਇਹੀ ਡ్రਾਈਵਰ ਸੀ ਜਿੱਥੋਂ ਗੋਲੀਆਂ ਚੱਲੀਆਂ ਹਾਂਜੀ ਇੱਥੇ ਖੜਕੇ ਗੋਲੀਆਂ ਮਾਰੀਆਂ ਉਹਨੇ ਤੇ ਇੱਥੋਂ ਖੜਕੇ ਉਹਨੇ ਗੋਲੀਆਂ ਗਰਾਜ 'ਚ ਮਾਰੀਆਂ ਇੱਥੇ ਦੋ ਗੱਡੀਆਂ ਸੀ ਸਾਡੀਆਂ ਤੇ ਗੱਡੀਆਂ ਤੇ ਮਾਰ ਕੇ ਤੇ ਗੋਲੀਆਂ ਇੱਧਰ ਨੂੰ ਮਾਰਦਾ ਗਿਆ ਜੀ ਉਹ ਸੋ ਜੇ ਇਹ ਸਿਰਫ ਇਨਾ ਫਰਕ ਸੀ ਜੇ ਇਸ ਵਿੰਡੋ 'ਚ ਹੁੰਦਾ ਤਾਂ ਇੱਥੇ ਤੁਹਾਡੇ ਹਾਂਜੀ ਇੱਥੇ ਦਾਦੀ ਜੀ ਸੁੱਤੇ ਪਏ ਸੀ ਉਸ ਰਾਤ ਤੇ ਜੇ ਇਹ ਇੱਥੇ ਗੋਲੀਆਂ ਵੱਜਦੀਆਂ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਸਾਡਾ ਸੋ ਇਹ ਇਹ ਆ ਸਾਰਾ ਗਲਾਸ ਇੱਥੇ ਟੁੱਟ ਗਿਆ ਹਾਂਜੀ ਸੋ ਆ ਇੱਥੇ ਗੋਲੀ ਵੱਜੀ ਹੈ ਉੱਥੇ ਹਾਂਜੀ ਆ ਗਰਾਜ ਦੇ ਵਿੱਚ ਇੱਥੇ ਆ ਕੇ ਗੋਲੀ ਵੱਜੀ ਹੈ ਉਹ ਇੱਥੇ ਗੋਲੀਆਂ ਜੀ ਜੇ ਇੱਧਰ ਸਾਰਾ ਹਾਂਜੀ ਬਸ ਉਹ ਇੱਥੇ ਖੜ ਕੇ ਗੋਲੀਆਂ ਮਾਰਦਾ ਤਾਂ ਦੇਖਿਓ ਜੀ ਕਿਦਾਂ ਹੋਰਦਾ ਸੀ ਹਾਂਜੀ ਜਿਵੇਂ ਤੁਸੀਂ ਦੇਖਿਆ ਕਿ ਅੰਦਰ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਹੈ ਗੋਲੀਆਂ ਛੱਤ ਪਾੜ ਕੇ ਅੰਦਰ ਡਰਾਈਵਾਲ ਦੇ ਵਿੱਚ ਚਲੀਆਂ ਗਈਆਂ ਗਾਰਾਜ ਦੇ ਵਿੱਚ ਦੇਖਿਆ ਕਿਸ ਤਰ੍ਹਾਂ ਗੋਲੀਆਂ ਚਲੀਆਂ ਨੇ ਇਹ ਕਿਸੇ ਦੇ ਵਿਨਾਲ ਹੋ ਸਕਦਾ ਹੈ ਸੁਰੱਖਿਆ ਹੈ ਅਸੀਂ ਪੁੱਛਦੇ ਹਾਂ ਸਰਕਾਰਾਂ ਤੋਂ ਕੀ ਇਹਨਾਂ ਦੇਸ਼ਾਂ ਦੇ ਵਿੱਚ ਵੀ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ ਕੋਈ ਵੀ ਆ ਜਾਂਦਾ ਹੈ ਹਥਿਆਰ ਚਲਾ ਕੇ ਚੱਲ ਜਾਂਦਾ ਹੈ ਹਥਿਆਰਾਂ ਦੇ ਉੱਤੇ ਕੋਈ ਪਾਬੰਦੀ ਲੱਗੇਗੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਜਿਹੀਆਂ ਕੰਨਾਵਾਂ ਨੂੰ ਠੱਮ ਪਏਗੀ ਕੀ ਹੋਵੇਗਾ ਆਉਣ ਵਾਲੇ ਫਿਊਚਰ ਦਾ ਪਰ ਨਾਲ ਨਾਲ ਇਹ ਵੀ ਦੱਸ ਦਈਏ ਕਿ ਜਿਹੜਾ ਫਰੈਂਡ ਸਮਝ ਕੇ ਗੋਲੀਆਂ ਚਲਾਇਆ ਗਈਆਂ ਸੀ ਪੁਲਿਸ ਨੇ ਉਸ ਨੂੰ ਵੀ ਸੁਰੱਖਿਆ ਪ੍ਰਦਾਨ ਕਰ ਦਿੱਤੀ ਹੈ ਸੋ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਹੋਈ ਹੈਗੀ ਉੱਥੇ ਮੈਂ ਤੁਹਾਨੂੰ ਇਹ ਦੱਸ ਸਕਦੀ ਆ ਕਿ ਜਿਹੜੇ ਓਕਿਪੈਂਟ ਇਸ ਘਰ ਦੇ ਵਿੱਚ ਹੁਣ ਰਹਿ ਰਹੇ ਆ ਉਹ ਇਸ ਸ਼ੂਟਿੰਗ ਦੇ ਇੰਟੈਂਡਿਡ ਟਾਰਗੇਟ ਨਹੀਂ ਸੀਗੇ ਸਰ ਯਰ ਸੀਐਮਪੀ ਕਨਫਰਮ ਕਰ ਸਕਦੀ ਆ ਕਿ ਇੱਕ ਟਿਕਟੋਕ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਇਸ ਵੇਲੇ ਫੈਲੀ ਹੋਈ ਹੈਗੀ ਆ ਉਹਦੇ ਵਿੱਚ ਇੱਕ ਲੈਟਰ ਵੀ ਦਿਖਾਇਆ ਹੈਗਾ ਆ ਉਹ ਲੈਟਰ ਅਸੀਂ ਸੀਜ਼ ਕੀਤਾ ਹੈਗਾ ਸੋ ਜੋ ਵੀ ਬੰਦਾ ਇੰਟੈਂਡਿਡ ਟਾਰਗੇਟ ਜਿਹੜੇ ਕਿ ਪ੍ਰੀਵੀਅਸ ਓਨਰ ਸੀ ਉਹਨਾਂ ਵਿੱਚੋਂ ਇੱਕ ਬੰਦਾ ਜਾਂ ਕੋਈ ਬੰਦੇ ਜਿਸ ਅਸੋਸੀਏਟਸ ਦੇ ਕਰਕੇ ਟਾਰਗੇਟ ਕੀਤੇ ਗਏ ਹੈਗੇ ਜਿਹਦੇ ਕਰਕੇ ਸ਼ੂਟਿੰਗ ਹੋਈ ਹੈਗੀ ਆ ਅਸੀਂ ਉਹਨਾਂ ਸਾਰਿਆਂ ਦੇ ਨਾਲ ਗੱਲ ਕਰ ਰਹੇ ਹਾਂ ਉਹਨਾਂ ਦੀਆਂ ਸਟੇਟਮੈਂਟਸ ਲੈ ਰਹੇ ਹਾਂ ਤੇ ਇਸ ਸਸਪੈਕਟ ਨੂੰ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਜੀ ਜਦੋਂ ਵੀ ਕੋਈ ਅਜਿਹਾ ਜੀ ਇਵੈਂਟ ਹੁੰਦੀ ਆ ਸਪੈਸ਼ਲੀ ਜਦੋਂ ਆਪਾਂ ਗੱਲਾਂ ਸੁਣਦੇ ਹੈਗੇ ਆ ਕੋਈ ਬੰਦਾ ਡਰਗ ਡਰਾਫਟਿੰਗ ਵਿੱਚ ਇਨਵੋਲਵ ਸੀ ਤੇ ਉਹਦੇ ਉੱਪਰ ਸ਼ਾਟਸ ਫਾਇਰ ਹੋਏ ਆ ਤੇ ਉਸ ਵੇਲੇ ਕਮਿਊਨਿਟੀ ਉਹਨੂੰ ਜਾਦਾ ਕਹਿ ਲੋ ਆ ਨੇ ਦੇਖਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਸ ਬੰਦੇ ਨੂੰ ਪਹਿਲੇ ਪਤਾ ਸੀ ਕਿ ਕਿ ਮੈਂ ਏ ਸੀਰੀਅਲ 'ਚ ਕੰਮ ਕਰਦਾ ਹਾਂ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਹੈ ਪਰ ਹੁਣ ਜਦੋਂ ਆਪਾਂ ਇਸ ਇਨਸੀਡੈਂਟ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਇੱਕ ਇਨੋਸੈਂਟ ਫੈਮਿਲੀ ਸੀ ਜਿਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਇਹੋ ਜਿਹਾ ਇਨਸੀਡੈਂਟ ਨਾਲ ਵੀ ਹੋ ਸਕਦਾ ਹੈ ਬਹੁਤ ਜ਼ਿਆਦਾ ਕੰਸਰਨਿੰਗ ਹੈਗੀ ਤੇ ਜਿਹੜੇ ਇਹ ਸਸਪੈਕਟ ਹੈਗੇ ਆ ਇਹਨਾਂ ਨੂੰ ਪਬਲਿਕ ਸੇਫਟੀ ਦਾ ਕੋਈ ਰਿਗਾਰਡ ਨਹੀਂ ਹੈਗਾ ਸੋ ਸਾਡੇ ਆਫੀਸਰਸ ਆਪਣੀ ਇਨਵੈਸਟੀਗੇਸ਼ਨ ਪੂਰੀ ਡਿਲੀਜੈਂਟਲੀ ਕਰਨਗੇ ਤੇ ਜੋ ਵੀ ਹੈ ਸਸਪੈਕਟ ਹੈਗੇ ਆ ਉਹਨਾਂ ਨੂੰ ਆਇਡੈਂਟੀਫਾਈ ਕਿ ਅਰੇਸਟ ਕਰਨ ਦੀ ਆਪਾਂ ਕੋਸ਼ਿਸ਼ ਜ਼ਰੂਰ ਕਰਾਂਗੇ ਇਹ ਇਨਵੈਸਟੀਗੇਸ਼ਨ ਵੀ ਜਾਰੀ ਹੈ ਕਿ ਆਖਿਰ ਇਹ ਗੋਲੀਆਂ ਕਿਸ ਨੇ ਚਲਾਈਆਂ ਜਿਸ ਤਰ੍ਹਾਂ ਦਾ ਰਿਜ਼ਲਟ ਹੋਵੇਗਾ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਸਾਂਝਾ ਟੀਵੀ